ਮੇਰਾ ਵੀਰ ਹੈ ਇੱਕ ਇਹਨੇ ਤਾਂ ਖੈਰ ਕਮਾਲ ਹੀ ਕੀਤੀ ਹੈ। ਤੁਸੀਂ ਥੱਲੇ ਦੇਖ ਸਕਦੇ ਹੋ ਕਿ ਇਸ ਵੀਰ ਨੇ ਰੇਟਿੰਗ ਪਾਈ ਹੈ ਗੁਰਬਾਣੀ ਨੂੰ ਕਿ ਇੱਕ ਮਨੁੱਖ ਦੀ ਕਿਸੇ ਜੀਵ ਦੀ ਇੰਨੀ ਹੈਸੀਅਤ ਹੈ ਕਿ ਉਹ ਗੁਰਬਾਣੀ ਨੂੰ ਰੇਟਿੰਗ ਦੇ ਸਕਦਾ ਹੈ, ਕਦੇ ਵੀ ਨਹੀਂ ਦੇ ਸਕਦਾ। ਲਿਖਿਆ ਵੀ ਹੈ ਦਿਲ ਛੂਹ ਲੈਣ ਵਾਲਾ ਸ਼ਬਦ, ਪੂਰੀ ਗੁਰਬਾਣੀ ਦਿਲ ਛੂੰਹਦੀ ਹੈ, ਪੂਰੀ ਗੁਰਬਾਣੀ ਹੀ ਰੂਹਾਨੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਸਾਰੇ ਹੀ ਜਾਣਦੇ ਹੋ ਕਿ ਅੱਜ ਕੱਲ੍ਹ ਯੂਟਿਊਬ ਦੇ ਉੱਪਰ ਕੀਰਤਨ ਦੀਆਂ ਆਡੀਓ ਅਤੇ ਵੀਡੀਓ ਕਲਿਪਸ ਕਾਫੀ ਅਪਲੋਡ ਹੁੰਦੀਆਂ ਨੇ ਅਤੇ ਅਸੀਂ ਆਪਣੇ ਘਰਾਂ ਵਿੱਚ ਬਹੁਤ ਹੀ ਚਾਅ ਅਤੇ ਉਤਸਾਹ ਨਾਲ ਉਹਨੂੰ ਸੁਣਦੇ ਹਾਂ। ਕਈ ਮੇਰੇ ਵੀਰਾਂ ਨੇ ਚੈਨਲ ਬਣਾਇਆ ਯੂਟਿਊਬ ਦੇ ਉੱਪਰ ਜੋ ਕਿ ਡੇਲੀ ਬੇਸਿਸ 'ਤੇ ਕੀਰਤਨ ਦੀਆਂ ਆਡੀਓ, ਹੋਰ ਵੀ ਨਵੇਂ ਕੀਰਤਨ ਜਿਹੜੇ ਦਰਬਾਰ ਸਾਹਿਬ ਵਿੱਚ ਜਾਂ ਕਿੱਥੇ ਵੀ ਹੋਰ ਵੀ ਚੱਲਦੇ ਨੇ ਉਹ ਅਪਲੋਡ ਕਰਦੇ ਨੇ। ਅਤੇ ਗੱਲ ਦੀ ਖੁਸ਼ੀ ਵੀ ਬਹੁਤ ਹੈ ਕਿ ਸਿੱਖੀ ਦਾ ਪ੍ਰਚਾਰ, ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਹੈ। ਪਰ ਇੱਕ ਜਿਹੜੇ ਵੀਰ ਮੇਰੇ ਇਹ ਵੀਡੀਓ ਵਗੈਰਾ ਅਪਲੋਡ ਕਰਦੇ ਨੇ ਉਹਨਾਂ ਦੇ ਅੱਗੇ ਮੇਰੀ ਛੋਟੀ ਜਿਹੀ ਬੇਨਤੀ ਹੈ, ਜੋ ਆਪਣੀ ਵੀਡੀਓ ਜਾਂ ਆਡੀਓ ਦਾ ਉਹ ਕਵਰ ਫੋਟੋ ਲਗਾਉਂਦੇ ਨੇ ਉੱਪਰ, ਉਹ ਕਵਰ ਫੋਟੋ ਅਸੀਂ ਅਗਰ ਗੌਰ ਨਾਲ ਅਸੀਂ ਧਿਆਨ ਨਾਲ, ਤੁਸੀਂ ਵੀ ਕਾਫੀ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਉਹਦੇ ਵਿੱਚ ਇੱਕ ਪਰਟੀਕੁਲਰ ਸ਼ਬਦ ਨੂੰ ਲੈ ਕੇ ਜਾਂ ਪਰਟੀਕੁਲਰ ਦਿਨ ਨੂੰ ਲੈ ਕੇ ਉਹ ਇੱਕ ਮੈਸੇਜ ਵਗੈਰਾ ਫੋਰਵਰਡ ਕਰਦੇ ਨੇ ਕਿ ਅੱਜ ਦੇ ਦਿਨ ਇਹ ਸ਼ਬਦ ਸੁਣੋ ਅਤੇ ਤੁਹਾਡੀ ਇਹ ਇੱਛਾ ਜਾਂ ਤੁਹਾਡਾ ਇਹ ਕੰਮ ਬਣ ਜਾਏਗਾ। ਅਤੇ ਮੈਨੂੰ ਲੱਗਿਆ ਥੋੜ੍ਹਾ ਜਿਹਾ ਕਿ ਇਸ ਦੇ ਉੱਪਰ, ਇਹ ਟੋਪਿਕ ਦੇ ਉੱਪਰ ਥੋੜ੍ਹੀ ਜਿਹੀ ਗੱਲਬਾਤ ਸੰਗਤ ਦੇ ਅੱਗੇ ਰੱਖਣੀ ਚਾਹੀਦੀ ਹੈ। ਅਤੇ ਮੈਂ ਆਪ ਜੀ ਨੂੰ ਕੁਝ ਐਗਜ਼ਾਮਪਲ ਵੀ ਦਿਖਾਉਂਦਾ, ਅਗਰ ਆਪ ਜੀ ਨੂੰ ਲੱਗਦਾ ਹੈ ਕਿ ਮੇਰੀ ਗੱਲ ਸਹੀ ਹੈ ਜਾਂ ਮੇਰੀ ਗੱਲ ਗਲਤ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਦੇਖ ਰਹੇ ਹੋ ਕਿ ਇੱਕ ਇਮੇਜ ਲੱਗੀ ਹੋਈ ਹੈ ਤੁਹਾਡੇ ਸਾਹਮਣੇ, ਲਿਖਿਆ ਹੋਇਆ ਅੱਜ ਸਵੇਰੇ ਇਹ ਸ਼ਬਦ ਸੁਣੋ ਅਤੇ ਜੋ ਕੰਮ ਚਾਹੋ ਬਣ ਜਾਏਗਾ। ਸਾਰੇ ਕੰਮ ਬਣਦੇ ਨੇ ਗੁਰੂ ਦੀ ਸੇਵਾ ਦੇ ਨਾਲ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੋਵੇ ਜਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੋਵੇ, ਅਤੇ ਕਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਸ਼ਬਦ ਪੜ੍ਹੋ ਜਾਂ ਤੁਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ। ਪੂਰੀ ਗੁਰਬਾਣੀ ਹੀ ਇੱਕ ਤੋਂ ਲੈ ਕੇ 1430 ਅੰਕ ਤੱਕ ਤੁਸੀਂ ਕੋਈ ਵੀ ਸ਼ਬਦ ਚੁੱਕ ਲਓਗੇ, ਤੁਸੀਂ ਕੋਈ ਵੀ ਸ਼ਬਦ ਪੜ੍ਹ ਲਓਗੇ ਅਤੇ ਤੁਹਾਡੇ ਸਾਰੇ ਕੰਮ ਬਣ ਜਾਣਗੇ। ਇਹ ਮੇਰਾ ਵੀਰ ਹੈ ਇੱਕ, ਇਹਨੇ ਤਾਂ ਖੈਰ ਕਮਾਲ ਹੀ ਕੀਤੀ ਹੈ। ਤੁਸੀਂ ਥੱਲੇ ਦੇਖ ਸਕਦੇ ਹੋ ਕਿ ਇਸ ਵੀਰ ਨੇ ਰੇਟਿੰਗ ਪਾਈ ਹੈ ਗੁਰਬਾਣੀ ਨੂੰ ਕਿ ਇੱਕ ਮਨੁੱਖ ਦੀ ਕਿਸੇ ਜੀਵ ਦੀ ਇੰਨੀ ਹੈਸੀਅਤ ਹੈ ਕਿ ਉਹ ਗੁਰਬਾਣੀ ਨੂੰ ਰੇਟਿੰਗ ਦੇ ਸਕਦਾ ਹੈ, ਕਦੇ ਵੀ ਨਹੀਂ ਦੇ ਸਕਦਾ। ਲਿਖਿਆ ਵੀ ਹੈ ਦਿਲ ਛੂਹ ਲੈਣ ਵਾਲਾ ਸ਼ਬਦ, ਪੂਰੀ ਗੁਰਬਾਣੀ ਦਿਲ ਛੂੰਹਦੀ ਹੈ, ਪੂਰੀ ਗੁਰਬਾਣੀ ਹੀ ਰੂਹਾਨੀ ਹੈ। ਇੱਕ ਤੁਸੀਂ ਦੇਖ ਸਕਦੇ ਹੋ ਪਿਕਚਰ, ਮਨ ਦੀ ਆਸ ਜ਼ਰੂਰ ਪੂਰੀ ਹੋਵੇਗੀ ਇਹ ਸ਼ਬਦ ਸੁਣੋ। ਮਨ ਦੀ ਆਸ ਗੁਰੂ ਦੀ ਸੇਵਾ ਨਾਲ ਪੂਰੀ ਹੁੰਦੀ ਹੈ। ਇਹ ਸ਼ਬਦ ਸੁਣੋ, ਅਸੀਂ ਕਿਸੇ ਪਰਟੀਕੁਲਰ ਬਾਣੀ ਨੂੰ ਜ਼ਿਆਦਾ ਮਹੱਤਵ ਜਾਂ ਕਿਸੇ ਪਰਟੀਕੁਲਰ ਬਾਣੀ ਨੂੰ ਅਸੀਂ ਘੱਟ ਨਹੀਂ ਸਮਝ ਸਕਦੇ। ਪੂਰੀ ਗੁਰਬਾਣੀ ਅਗਾਤ ਬੋਧ ਹੈ, ਗੁਰੂ ਗ੍ਰੰਥ ਸਾਹਿਬ ਜੀ ਅਗਾਤ ਬੋਧ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਤ ਬੋਧ ਹੈ। ਪਾਕ ਖੁੱਲ੍ਹ ਜਾਣਗੇ ਇਹ ਸ਼ਬਦ ਸੁਣੋ।
ਜਿਸ ਵੀ ਪਿਆਰੇ ਨੇ ਇਹ ਵੀਡੀਓ ਪਾਈ ਹੈ ਮੈਂ ਜਾਂ ਕਵਰ ਫੋਟੋ ਲਗਾਇਆ, ਮੈਂ ਉਸ ਵੀਰ ਨੂੰ ਦੱਸਣਾ ਚਾਹੁੰਦਾ ਕਿ ਪਾਕ ਖੁੱਲ੍ਹਦੇ ਨੇ ਗੁਰੂ ਦੀ ਸੇਵਾ ਨਾਲ, ਪਾਕ ਖੁੱਲ੍ਹਦੇ ਨੇ ਨਿਤਨੇਮ ਨਾਲ, ਪਾਕ ਖੁੱਲ੍ਹਦੇ ਨੇ ਸਹਿਜ ਪਾਠ ਨਾਲ। ਇਹ ਵੀ ਗੱਲ ਠੀਕ ਹੈ ਕਿ ਸ਼ਬਦ ਸੁਣ ਕੇ ਵੀ ਕਈਆਂ ਦੇ ਪਾਕ ਖੁੱਲ੍ਹਦੇ ਨੇ, ਲੇਕਿਨ ਪਰਟੀਕੁਲਰ ਸ਼ਬਦ ਨੂੰ ਲੈ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸ਼ਬਦ ਦੇ ਨਾਲ ਹੀ ਸਾਡੇ ਪਾਕ ਖੁੱਲ੍ਹਣਗੇ। ਪੂਰੀ ਗੁਰਬਾਣੀ ਭਗਤ ਹੈ, ਪੂਰੀ ਗੁਰਬਾਣੀ ਹੀ ਖਜ਼ਾਨਾ ਹੈ, ਗੁਰੂ ਦਾ ਖਜ਼ਾਨਾ ਹੈ। ਅਸੀਂ ਕਿਸੇ ਵੀ ਅੰਗ ਤੋਂ ਅਸੀਂ ਖਜ਼ਾਨਾ ਚੁੱਕ ਸਕਦੇ ਹਾਂ। ਦੁੱਖ ਨੇੜੇ ਵੀ ਨਹੀਂ ਆਉਣਗੇ, ਸ਼ਰਧਾ ਨਾਲ ਇਹ ਸ਼ਬਦ ਸੁਣੋ। ਦੁੱਖ ਗੁਰੂ ਦੀ ਸੇਵਾ ਨਾਲ, ਮੈਂ ਰਿਪੀਟ ਕਰਾਂਗਾ, ਗੁਰੂ ਦੀ ਸੇਵਾ ਨਾਲ, ਭਗਤੀ ਨਾਲ, ਗੁਰਮੰਤਰ ਨਾਲ, ਮੂਲ ਮੰਤਰ ਨਾਲ ਦੂਰ ਹੁੰਦੇ ਨੇ, ਸ਼ਬਦ ਸੁਣ ਕੇ ਵੀ ਦੂਰ ਹੁੰਦੇ ਨੇ। ਲੇਕਿਨ ਪਰਟੀਕੁਲਰ ਸ਼ਬਦ ਨੂੰ ਲੈ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੁੱਖ ਪੰਨੀ ਸਾਹਿਬ ਅਸੀਂ ਪੜ੍ਹੀਏ ਤਾਂ ਹੀ ਸਾਡੇ ਦੁੱਖ ਦੂਰ ਹੋਣਗੇ। ਅਸੀਂ ਜਪਜੀ ਸਾਹਿਬ ਵੀ ਕਰ ਸਕਦੇ ਹਾਂ, ਅਸੀਂ ਸੁਖਮਨੀ ਸਾਹਿਬ ਵੀ ਕਰ ਸਕਦੇ ਹਾਂ, ਅਸੀਂ ਕਿਹੜੀ ਵੀ ਬਾਣੀ ਪੜ੍ਹ ਸਕਦੇ ਹਾਂ। ਕਿਸਮਤ ਸਾਥ ਨਹੀਂ ਦੇਂਦੀ ਤਾਂ ਇਹ ਸ਼ਬਦ ਸੁਣੋ। ਕਿਸਮਤ ਲਿਖਣ ਵਾਲਾ ਬਣਾਉਣ ਵਾਲਾ ਗੁਰੂ ਆਪ ਹੀ ਹੈ, ਅਤੇ ਉਹਨੂੰ ਬਦਲਣ ਵਾਲਾ ਵੀ ਉਹੀ ਹੈ। ਅਤੇ ਅਸੀਂ ਅਗਰ ਕਿਸਮਤ ਸਾਥ ਨਹੀਂ ਦਿੰਦੀ, ਉਹ ਤਾਂ ਸਾਡੇ ਭੈੜੇ ਕਰਮ ਹੁੰਦੇ ਨੇ। ਇੱਕ ਮਨੁੱਖ ਦੇ ਇਹੋ ਜਿਹੇ ਕਰਮ ਹੁੰਦੇ ਨੇ ਕਿ ਸਾਡੇ ਪਾਕ, ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ। ਜਿਸ ਕਿਸੇ ਨੇ ਇਹ ਸ਼ਬਦ ਸੁਣਿਆ, ਸ਼ਬਦ ਦੀ 84 ਕੱਟੀ ਗਈ, 84 ਕੱਟੀ ਗਈ। ਸ਼ਬਦ ਸੁਣ ਕੇ ਵੀਰ ਦੀ ਗੱਲ ਬਿਲਕੁਲ ਠੀਕ ਹੈ, ਪਰ ਮੈਂ ਥੋੜ੍ਹਾ ਜਿਹਾ ਵੀਰ ਨੂੰ ਰੈਕਟੀਫਾਈ ਕਰਨਾ ਚਾਹੁੰਦਾ ਹਾਂ ਕਿ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਪੜ੍ਹ ਲਓ। ਪਰਟੀਕੁਲਰ ਸ਼ਬਦ ਨੂੰ ਲੈ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸ਼ਬਦ ਹੀ ਸੱਚੇ ਪਾਤਸ਼ਾਹ ਨੇ ਦਰਜ ਕੀਤਾ ਹੈ ਗੁਰਬਾਣੀ ਦੇ ਵਿੱਚ ਕਿ ਇਸ ਸ਼ਬਦ ਨਾਲ ਹੀ 84 ਕੱਟੀ ਜਾਏਗੀ। ਸੁਖਮਨੀ ਸਾਹਿਬ ਨਾਲ ਵੀ 84 ਕੱਟੀ ਜਾ ਸਕਦੀ ਹੈ। ਉਹ ਡਿਪੈਂਡ ਸਾਡੀ ਸ਼ਰਧਾ 'ਤੇ ਕਰਦਾ ਹੈ ਕਿ ਅਸੀਂ ਕਿੰਨੀ ਪ੍ਰੇਮ ਭਾਵਨਾ ਦੇ ਨਾਲ ਉਸ ਸ਼ਬਦ ਨੂੰ ਸੁਣਦੇ ਹਾਂ ਜਾਂ ਅਸੀਂ ਕਿਹੜੀ ਬਾਣੀ ਪੜ੍ਹਦੇ ਹਾਂ। ਪੈਸੇ ਦੀ ਫਿਕਰ ਰਹਿੰਦੀ, ਇਹ ਸ਼ਬਦ ਜ਼ਰੂਰ ਸੁਣੋ। ਪੈਸਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਨੇ ਫਰਮਾਇਆ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਬੀਰ ਸਾਹਿਬ ਦਾ ਸ਼ਲੋਕ ਹੈ, ਜੋ ਸੰਤਾਂ ਦੀ ਮਾਇਆ ਨੂੰ ਬੈਰਨ ਦੱਸਿਆ ਗਿਆ ਹੈ। ਮਾਇਆ ਦੀ ਅਤੇ ਸੰਤਾਂ ਦੀ ਆਪਸ 'ਚ ਨਹੀਂ ਬਣਦੀ। ਪੈਸੇ ਦੀ ਫਿਕਰ ਰਹਿੰਦੀ ਹੈ, ਦੇਣ ਵਾਲਾ ਗੁਰੂ ਸਾਹਿਬ ਹੈ, ਅਤੇ ਉਹ ਸਾਡੇ ਕਰਮਾਂ ਦੇ ਹਿਸਾਬ ਨਾਲ ਸਾਨੂੰ ਮਤ ਵੀ ਦਿੰਦਾ, ਅਤੇ ਸਾਨੂੰ ਜ਼ਿੰਦਗੀ ਚਲਾਉਣ ਲਈ, ਫੈਮਿਲੀ ਚਲਾਉਣ ਲਈ ਉਸ ਹਿਸਾਬ ਨਾਲ ਸਾਨੂੰ ਪੈਸਾ ਦਿੰਦਾ। ਉਡੇ ਉਡਾਵੇ ਸਹਿ ਕੋ ਸਾਥੀ ਸਪਾਛੇ ਬਥਰੇ ਛਰਿਆ, ਤਿੰਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਰ ਅੱਗੇ ਕਰ ਤਰਿਆ। ਦੇਣ ਵਾਲਾ ਗੁਰੂ ਹੈ। ਕੋਈ ਪਰਟੀਕੁਲਰ ਸ਼ਬਦ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ, ਕੱਲ੍ਹ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਪੈਸਾ ਸਾਨੂੰ ਮਿਲ ਜਾਏ, ਅਸੀਂ ਸਿਰਫ ਇਹ ਸ਼ਬਦ ਪੜ੍ਹਨਾ। ਜ਼ਰੂਰਤਾਂ ਪੂਰੀ ਕਰਨ ਵਾਲਾ ਅਕਾਲ ਪੁਰਖ ਹੈ ਸਾਡੇ ਗੁਰੂ ਸਾਹਿਬ ਨੇ। ਹਰ ਵੇਲੇ ਖੁਸ਼ ਰਹਿਣ ਲਈ ਇਹ ਸ਼ਬਦ ਸੁਣੋ। ਫਿਰ ਉਹੀ ਗੱਲ ਵੀਰ ਨੇ, ਇੱਥੇ ਮੈਨੂੰ ਤਾਂ ਰੂਮਰ ਲੱਗਦਾ ਥੋੜ੍ਹਾ ਜਿਹਾ ਕਿ ਖੁਸ਼ ਰਹਿਣ ਲਈ ਤਾਂ ਪੂਰੀ ਗੁਰਬਾਣੀ ਖੁਸ਼ ਕਰਦੀ ਹੈ। ਕੋਈ ਪਰਟੀਕੁਲਰ ਸ਼ਬਦ ਸੁਣਿਆ ਖੁਸ਼ ਕਰਦਾ ਹੈ। ਸ਼ਬਦ ਸੁਣ ਕੇ ਮਨ ਵੀ ਹਰਾ ਹੁੰਦਾ ਹੈ, ਮਨ ਵੀ ਹਰਿਆ ਹੁੰਦਾ, ਤਨ ਵੀ ਹਰਾ ਹੁੰਦਾ, ਮਨ ਵੀ ਖੁਸ਼ ਹੁੰਦਾ ਹੈ। ਪਰ ਪੂਰੀ ਗੁਰਬਾਣੀ ਅਗਾਧ ਬੋਧ ਹੈ। ਸਵੇਰੇ ਉੱਠਦੇ ਹੀ ਇਹ ਸ਼ਬਦ ਸੁਣੋ। ਗੁਰੂ ਸਾਹਿਬ ਨੇ ਤਾਂ ਅਸੀਂ ਕੋਈ ਮੁਸਲਮਾਨ ਧਰਮ ਨੂੰ ਫੋਲੋ ਨਾ ਕਰਦੇ ਹਾਂ ਕੋਈ, ਕਿ ਜੋ ਸਵੇਰੇ ਦੀ ਨਮਾਜ਼ ਦੂਜੀ ਹੁੰਦੀ ਹੈ, ਦੁਪਹਿਰ ਦੀ ਦੂਜੀ, ਸ਼ਾਮ ਦੀ ਦੂਜੀ, ਤੁਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਵੀ ਕਰ ਸਕਦੇ ਹੋ, ਤੁਸੀਂ ਸਵੇਰੇ ਉੱਠ ਕੇ ਸੁਖਮਨੀ ਸਾਹਿਬ ਵੀ ਕਰ ਸਕਦੇ ਹੋ, ਤੁਸੀਂ ਆਸਾ ਦੀ ਵਾਰ ਪੜ੍ਹ ਸਕਦੇ ਹੋ, ਤੁਸੀਂ ਸਹਿਜ ਪਾਠ ਵੀ ਕਰ ਸਕਦੇ ਹੋ।
ਫਿਰ ਇਹ ਥੋੜ੍ਹਾ ਕਿ ਅਸੀਂ ਕੋਈ ਪਰਟੀਕੁਲਰ ਸ਼ਬਦ ਪੜ੍ਹ ਕੇ ਹੀ ਅਸੀਂ ਅਸੀਂ ਸਵੇਰੇ ਉੱਠਦੇ ਸਾਰ ਹੀ ਅਸੀਂ ਪਰਟੀਕੁਲਰ ਬਾਣੀ ਪੜ੍ਹਨੀ ਹੈ ਕੋਈ। ਜਿਨ੍ਹਾਂ ਜਿਨ੍ਹਾਂ ਵੀਰਿਆਂ ਨੇ ਮੇਰੇ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੇ ਇਹ ਵੀਡੀਓ ਦੇ ਅਪਲੋਡ ਕੀਤੇ ਨੇ ਕਵਰ ਫੋਟੋ, ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਟਾਈਪ ਦੇ ਮੈਂ ਉਹ ਬਹੁਤ ਹੀ ਸਨਮਾਨਯੋਗ ਅਤੇ ਸਤਿਕਾਰਯੋਗ ਨੇ ਮੇਰੇ ਲਈ ਕਿ ਉਹ ਗੁਰੂ ਦੀ ਬਾਣੀ ਨੂੰ ਪੂਰੇ ਦੁਨੀਆਂ ਵਿੱਚ ਫੈਲਾ ਰਹੇ ਨੇ, ਪਰ ਇਸ ਟਾਈਪ ਦੇ ਫੋਟੋਗ੍ਰਾਫਸ ਜਾਂ ਇਸ ਟਾਈਪ ਦੀ ਵਰਡਿੰਗ ਨਾ ਯੂਜ਼ ਕੀਤੀ ਜਾਏ, ਕਿਉਂਕਿ ਸਿੱਖ ਧਰਮ ਨੂੰ ਤੋੜਨ ਲਈ ਪਹਿਲੇ ਹੀ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ, ਸਿੱਖਾਂ ਨੂੰ ਇੱਕ ਦੂਜੇ ਨਾਲ ਲੜਾਉਣ ਲਈ ਪਹਿਲੀ ਬਹੁਤ ਕੋਸ਼ਿਸ਼ ਹੋ ਰਹੀਆਂ ਨੇ। ਕਿੱਥੇ ਇਹ ਟੋਪਿਕ ਨਾ ਬਣ ਜਾਏ ਕਿ ਅਸੀਂ ਸਿਰਫ ਸੁਖਮਨੀ ਸਾਹਿਬ ਨੂੰ ਹੀ ਪੜ੍ਹਨਾ ਹੈ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਲੱਗ ਕਰਕੇ ਅਸੀਂ ਸਿਰਫ ਜਪਜੀ ਸਾਹਿਬ ਹੀ ਪੜ੍ਹਨੀ ਹੈ ਜਾਂ ਅਸੀਂ ਨਿਤਨੇਮ ਦੇ ਵਿੱਚ ਅਸੀਂ ਤਰਸ ਪ੍ਰਸਾਦ ਸਵੱਈਏ ਨਹੀਂ ਪੜ੍ਹਨੇ ਜਾਂ ਜਾਪ ਸਾਹਿਬ ਨਹੀਂ ਪੜ੍ਹਨਾ। ਜੋ ਗੁਰੂ ਦੇ ਮੁੱਖ ਤੋਂ ਨਿਕਲੀ ਹੋਈ ਗੱਲ ਹੈ ਉਹ ਗੁਰਬਾਣੀ ਹੈ। ਅਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਕੰਮ ਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖਣ, ਲੇਕਿਨ ਥੋੜ੍ਹਾ ਜਿਹਾ ਇਸ ਗੱਲ ਨੂੰ ਰੈਕਟੀਫਾਈ ਕਰਨ। ਅਤੇ ਜੋ ਜੋ ਵੀਰ ਮੇਰੇ ਵੀਡੀਓ ਦੇਖ ਰਹੇ ਨੇ, ਅਤੇ ਮੈਂ ਉਹਨਾਂ ਵੀਰਾਂ ਅੱਗੇ ਭੈਣਾਂ ਅੱਗੇ ਬੇਨਤੀ ਹੈ ਕਿ ਤੁਹਾਨੂੰ ਅਗਰ ਮੇਰੀ ਗੱਲ ਜਾਇਜ਼ ਲੱਗਦੀ ਹੈ ਕਿ ਮੇਰਾ ਟੋਪਿਕ ਸਹੀ ਹੈ ਗੱਲ ਕਰਨ ਦਾ, ਤਾਂ ਤੁਸੀਂ ਮੈਨੂੰ ਕਮੈਂਟ ਬੋਕਸ ਦੇ ਵਿੱਚ ਜਾ ਕੇ, ਜੇ ਮੈਂ ਗਲਤ ਹਾਂ ਤੁਸੀਂ ਕਮੈਂਟ ਕਰ ਸਕਦੇ ਹੋ, ਜੇ ਮੈਂ ਸਹੀ ਹਾਂ ਤਾਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਅੱਗੇ ਖਾਲਸਾ ਬਹੁਤ ਸੂਝਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।